ਰਹਿਮਾਨ ਰਹੀਮ ਅਸਲਾਮੁ ਅਲੈਕਮ ਵੇਖ ਰਹੇ ਹੋ ਤੁਸੀਂ ਆਪਣਾ ਕਰਨਾਣਾ ਚੈਨਲ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਇਰਫਾਨ। ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵੀਦਾ। ਇਨਸ਼ਾਅੱਲਾ ਉਮੀਦ ਕਰਨਾ ਵੀਡੀਓ ਤੁਹਾਡੇ ਪਸੰਦ ਵੀ ਆਵੇਗੀ, ਤੁਸੀਂ ਲਾਈਕ ਵੀ ਕਰੋ ਦੇ, ਤੁਸੀਂ ਸ਼ੇਅਰ ਵੀ ਕਰੋ ਦੇ। ਮਾਸ਼ਾਅੱਲਾ ਵੀਡੀਓ ਜਿਹੜੀ ਬਣਾਉਣ ਲੱਗਾ, ਅੱਗੇ ਤੁਸੀਂ ਵੀਡੀਓ ਸਾਹਿਬ ਲੱਖੋ ਪਿੰਡ ਦੀਆਂ ਵੇਖੀਆਂ ਨੇ, ਲੇਕਿਨ ਡੇਰਾ ਵੀ ਹੋ ਰਹੇ, ਬੰਦਾ ਵੀ ਹੋ ਰਹੇ ਅਤੇ ਮਾਲ ਵੀ ਹੋ ਰਹੇ ਹੈ ਪਿੰਡ ਸਾਹਿਬ ਲੱਖੋ ਏ ਅਤੇ ਸਾਹਿਬ ਲੱਖੋ ਦੇ ਤੁਸੀਂ ਵਾਕਫ ਅੱਗੇ ਮੁਦੱਸਰ ਦੀਆਂ ਤੁਸੀਂ ਵੀਡੀਓ ਵੇਖਦੇ ਹੋ ਗਾਵਾਂ ਦੀਆਂ। ਇਹ ਵੀਡੀਓ ਜਨਾਬ ਮੈਂਬਰ ਮੇਰੇ ਨਾਲ ਖੜ੍ਹੇ ਹੈ, ਅੱਗੇ ਤੁਸੀਂ ਤਾਰਫ ਏ ਮੁਦੱਸਰ ਦੀ ਵਜ੍ਹਾ ਦੀ, ਅਤੇ ਹੁਣ ਇਹਦੇ ਕੋਲ ਤਰੇ ਮੱਝਾਂ ਨੇ, ਉਹ ਵੇਚਣ ਵਾਸਤੇ ਉਹਨਾਂ ਨੇ ਵੀਡੀਓ ਬਣਾਉਣੀ ਹੈ ਅਤੇ ਮੱਝਾਂ ਤਰੇਵੇ ਨੇ ਵੇਖ ਲੈਂਦੇ ਹਾਂ, ਇੱਕ ਮਾਝ ਸੱਜਰੀ ਹੈ, ਦੋ ਖਾਂਗੜਾਂ ਨੇ, ਅਤੇ ਉਹਨਾਂ ਦਾ ਰੇਟ ਪੁੱਛ ਲੈਂਦੇ ਹਾਂ ਉਹਨਾਂ ਕੋਲੋਂ ਅਤੇ ਫਿਰ ਅਗਲੀ ਗੱਲ ਜਿਹੜੀ ਉਹ ਬਾਅਦ ਵਿੱਚ ਤੁਸੀਂ ਕਰ ਲਓ ਅਤੇ ਇਨਸ਼ਾਅੱਲਾ ਉਮੀਦ ਹੈ ਕਿ ਤੁਹਾਡੇ ਵੀਡੀਓ ਪਸੰਦ ਆਵੇ ਦੀ। ਲਓ ਜੀ, ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਜੀ। ਮੈਂਬਰ ਸਾਹਿਬ ਕੀ ਹਾਲ ਹੈ? ਅਲਹਮਦੁਲਿਲਾ। ਮੈਂਬਰ ਸਾਹਿਬ, ਅੱਛਾ ਮਾਸ਼ਾਅੱਲਾ ਆਪਣਾ ਸ਼ੁਗਲ ਬਣਾਇਆ ਜੇ ਹੈ? ਜੀ। ਅੱਛਾ, ਵੇਚਣੀਆਂ ਨੇ ਕੋਈ ਮਜਬੂਰੀ ਦੇ ਤਹਿਤ ਕਿ ਕੋਈ ਸ਼ੁਰੂ ਕਰਨਾ ਕੰਮ? ਨਹੀਂ, ਦਿਲ ਤੇ ਹੀ ਸ਼ੁਰੂ ਕਰਨ। ਚਲੋ ਫਿਰ ਠੀਕ ਹੈ, ਪਤਾ ਲੱਗਿਆ ਨਾ। ਨੰਬਰ ਬੋਲੋ ਹਾਂ ਇੱਕ ਵਾਰੀ। 0342-63-816। ਫਿਰ ਬੋਲੋ। 0342-63-816। ਮਾਏ ਸ਼ੁਰੂ ਕਰੀਏ ਆਪਣੀ? ਕਰੋ ਜੀ, ਕਰੋ। ਲਿਆਓ ਜੀ, ਮਾਏ ਲਿਆਓ। ਅੱਛਾ ਮਾ, ਜਿਹੜੀ ਵਹਾਣ ਲੱਗੇ ਆ, ਕਿਤਮੇ ਸੂਏ? ਇਹ ਤੀਸਰੇ ਸੂਏ ਜੀ ਸਾਹਿਬ। ਤੀਜੇ ਸੂਏ ਜੀ? ਤੀਸਰੇ ਸੂਏ। ਕਦੋਂ ਦੀ ਸੂਈ ਜੀ? ਇਹ ਸਵਾਰ ਦਿਹਾੜੀ ਦੀ ਸੂਈ ਜੀ। ਸਵਾਰ ਸੂਈ ਜੀ? ਮਾ, ਇਹ ਘਰ ਦੀ ਜੇ ਕਿ ਮੁੱਲ ਆਉਂਦੀ ਜੀ? ਨਹੀਂ, ਘਰ ਦੀ। ਅੱਛਾ, ਪਹਿਲੇ ਸੂਏ ਦੀ ਘਰ ਦੀ ਜੀ? ਜੀ ਜੀ। ਫਿਰ ਤਾਂ ਗਰੰਟੀ ਸ਼ੁਦਾ ਕਿ ਇਹਦਾ ਪੁਰਾਣਾ ਰਿਕਾਰਡ ਜੀ? ਇਹਦਾ ਪੁਰਾਣਾ ਰਿਕਾਰਡ ਆਈ ਸਾਹਿਬ, ਜੋ ਕੁਛ ਨਾਰਮਲ ਖਾਤਰ ਤੇ ਸੇਰ ਡੇਢ ਖਲ ਪਾ ਕੇ ਨਾ 14 ਕਿਲੋ ਦੁੱਧ ਦਿੰਦੀ ਰਹੀ ਜੀ। ਦੋ ਸੂਏ ਅੱਗੇ। ਅੱਛਾ, ਹੁਣ ਇਸ ਟਾਈਮ ਕਿੰਨਾ ਦਿੰਦੀ? ਹੁਣ ਇਸ ਟਾਈਮ ਜਿਹੜਾ ਉਹ ਦੁੱਧ ਮਾਝ ਕੋਲ 12 ਕਿਲੋ ਆਇਆ। ਇਸ ਟਾਈਮ 12 ਕਿਲੋ? ਤਿੰਨਾਂ ਥਣਾਂ ਦਾ। ਤਿੰਨਾਂ ਥਣਾਂ ਦਾ, ਇੱਕ ਕੱਟੀ ਨੂੰ ਛੱਡ ਦਿਓ, ਇੱਕ ਥਣ ਕੱਟੀ ਨੂੰ ਛੱਡ ਦਿਓ। ਚਲੋ ਜੀ, ਲਿਆਓ ਮਾਝ, ਪਿੱਛੇ ਮੋੜੋ। ਮਾਝ ਮੋੜੋ ਜੀ, ਮਾਝ ਮੋੜੋ ਪਿੱਛੇ। ਇਹ ਕੱਟੀ ਵੀ ਆ ਨਾਲ, ਕੱਟੀ ਵੀ ਵਹਾ ਸਕਦਾ। ਮਾਝ ਲਿਆਓ ਭਾਈ ਜੀ, ਦੂਜੀ ਖੋਲ ਕੇ। ਇਹਦਾ ਰੇਟ? ਰੇਟ ਪੁੱਛਣ ਲੱਗੇ ਆ। ਮਾਝ ਖੋਲ ਕੇ ਲਿਆਉਂਦੇ ਨੇ। ਅੱਛਾ, ਹੁਣ ਇਹਦਾ ਤੁਸੀਂ ਰੇਟ ਦੱਸਣਾ ਸੋਹਣਾ ਜਿਹਾ ਇਹਦਾ। ਜੀ ਸਾਹਿਬ, ਜੇ ਮੇਰੇ ਭਰਾ ਨੂੰ, ਬਜ਼ੁਰਗ ਨੂੰ, ਕਿਸੇ ਨੂੰ ਪਸੰਦ ਆ ਜਾਏ ਨਾ, ਤੇ 2,50,000 ਦੀ ਦੇ ਸਕਦਾ। 2,50,000 ਦੀ? ਇਹ ਮਾਝ? ਇਹ ਮਾਝ, ਮਾਝ ਨੰਬਰ 1 ਹੈ, ਤੀਜੇ ਸੂਏ ਜਾਂ ਤੀਜੇ ਸੂਏ ਠੀਕ ਹੈ, ਕੱਟੀ ਮਗਰ ਸੂ, ਕੱਟੀ ਮਗਰ ਉਹ ਜਿਹੜੀ ਹੁਣ ਲਿਆਵਣ ਲੱਗਾ। ਮਾਝ ਕਿਤਮੇ ਸੂਏ ਚ ਨੂੰ ਕੱਲ ਗੱਲ ਚਲਾਈਏ ਨਾ? ਉਹ ਵੀ ਤੀਸਰੇ ਸੂਏ ਮਾਝ? ਤੀਸਰੇ ਸੂਏ ਜਾਂ ਤੀਸਰੇ ਸੂਏ? ਤੇ ਕਿੰਨੀਆਂ ਕੁ ਧਾਰਾਂ ਕਰਦੀ ਹੈ? ਉਹਦੇ ਕੋਲ 9 ਕਿਲੋ ਦੁੱਧ ਜੀ। 9 ਕਿਲੋ ਜਾਂ ਖੋਲ ਲੈਂਦਾ ਯਾਰਾ ਕਿ ਤਲ ਲੱਗੇ ਆ ਜੀ। ਅੱਛਾ, ਤੇ ਉਹਦੇ ਮਗਰ ਕੇ ਕੱਟੀ ਕੱਟਾ? ਉਹਦੇ ਮਗਰ ਕੱਟਾ ਜੀ। ਉਹਦੇ ਮਗਰ ਕੱਟਾ? ਕਦੋਂ ਦੀ ਸੂਈ ਹੈ ਉਹ? ਉਹ ਕੋਈ 5-4 ਮਹੀਨੇ, 4.5 ਦੀ ਸੂਈ ਹੈ। 5 ਦੀ? ਚਲੋ 4.5 ਦੀ ਨਹੀਂ, ਤੁਸੀਂ 5 ਦੀ ਕਰੋ। ਹਾਂ, ਕੱਟਾ ਮਗਰ ਦੱਸਦਾ ਨਾ ਪਿਆ ਜੀ ਜੀ। ਤੇ ਧਾਰਾਂ ਹੁਣ ਇਸ ਟਾਈਮ ਕਿਤਨੀਆਂ ਦੱਸੀਆਂ? 9 ਕਿਲੋ। 9 ਕਿਲੋ? 9 ਕਿਲੋ ਜੀ। ਲੈ ਮੈਂ ਤਾਂ ਯਾਰ ਮਾਝ ਨੰਬਰ 2। ਅੱਛਾ, ਇਸ ਮਾਝ ਦਾ ਪਿਆ ਅੱਗੇ ਪੁੱਛਦੇ ਤੇ ਕੀ ਹਿਸਾਬ ਕਿਤਾਬੇ ਦਾ ਹੁਣ ਮੌਜੂਦਾ ਇਸ ਟਾਈਮ? ਕੀ ਮੌਜੂਦਾ ਤਾਂ ਕੋਈ 9 ਕਿਲੋ ਦੁੱਧ ਆ ਜੀ। ਹੁਣ ਹੁਣ ਬਣੀ ਹੈ ਕੋਨੀ? ਨਹੀਂ, ਬਣੀ ਕੋਨੀ? ਬਣੀ ਕੋਨੀ ਨਹੀਂ, ਮਗਰ ਕੱਟਾ ਸੂ? ਮਗਰ ਕੱਟਾ ਸੂ, ਡੋਕੇ ਲੱਗੀ ਹੈ, ਹੁਣ ਬਣ ਜਾਣਾ ਸੂ। 5 ਮਹੀਨਿਆਂ ਦੀ ਸੂਈ? 5 ਮਹੀਨਿਆਂ ਦੀ ਸੂਈ। ਅੱਛਾ, ਅੱਗੇ ਬਣੀ ਹੈ ਫਿਰੀ ਸ਼ਿਰੀ ਤੇ ਨਹੀਂ? ਨਾ ਨਾ, ਬਣੀ ਕੋਨੀ? ਨਾ, ਅੱਗੇ ਬਣੀ ਕੋਨੀ। ਅੱਛਾ, ਤੇ ਹੁਣ ਇਸ ਟਾਈਮ ਜਿਹੜਾ ਤਾਜ਼ੀ ਹੋਵੇ ਉਸ ਕਿੰਨਾ ਕੁ ਦੁੱਧ ਦਿੰਦੀ ਰਹੀ? ਉਸ ਵੇਲੇ ਦੁੱਧ ਇਹ ਵੀ ਮਾਝ 14-15 ਸਿਰ ਦਿੰਦੀ ਰਹੀ? 14-15 ਸਿਰ? ਹੁਣ ਇਸ ਟਾਈਮ 9 ਸਿਰ ਹੈ ਸੂ? ਇਸ ਟਾਈਮ 9 ਕਿਲੋ? ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ ਦਾ, ਯਾਨੀ ਕਿ 4, 4.5, 4.5 ਦਾ ਹੈ। ਇਹਦੀ ਕੀ ਡਿਮਾਂਡ ਹੈ? ਇਹਦੀ ਡਿਮਾਂਡ 1,75,000। ਫਿਰ ਯਾਰ ਮੂੰਹ ਵੀ ਵਿਖਾ ਇਹਦਾ। 1,75,000 ਇਹਦਾ? 1,75,000? 5 ਮਹੀਨਿਆਂ ਦੀ ਸੂਈ ਜੇ? 5 ਮਹੀਨਿਆਂ ਦੀ ਸੂਈ, ਕੱਟਾ ਮਗਰ ਸੂ? ਕੱਟਾ ਮਗਰ ਸੂ, ਠੀਕ ਹੈ। ਮਾਝ ਜੀ, ਕੋਈ ਐਬ ਤੇ ਨਹੀਂ? ਨਾ ਨਾ, ਕਿਸੇ ਕਿਸਮ ਦਾ ਕੋਈ ਐਬ? ਕੋਈ ਐਬ ਨਹੀਂ, ਬਿਲਕੁਲ ਕੋਈ ਗੱਲਬਾਤ ਨਹੀਂ? ਕੋਈ ਗੱਲਬਾਤ ਨਹੀਂ। ਲਓ ਜੀ, ਠੀਕ ਹੈ, ਟੋਰੋ ਜੀ ਮਾਝ ਹੈਗਾ, ਕੱਟਾ ਵੀ ਮਗਰ ਆਇਆ ਤੇ ਕੱਟਾ ਵੀ ਵਹਾ ਇਹਦਾ, ਉਹ ਕੱਟਾ ਵਹਾ ਗਿਆ। 1,75,000 ਰੁਪਇਆ? ਤੇ ਕਦੋਂ ਦੀ ਸੂਈ ਹੈ? ਤਕਰੀਬਨ 5 ਮਹੀਨੇ ਕਰ ਲੋ ਇਹ ਕੱਟਾ ਜਿਹੜਾ ਇਹਦਾ ਜੀ। ਇਹ ਵੀ 5 ਮਹੀਨੇ ਦੀ ਕਰੋ?
ਇਹਦੇ ਥੱਲੇ ਉਹਦੇ ਨਾਲ ਲਿਬਾਸ ਜਿਹੜਾ ਘੱਟ ਹੈ ਕਿ ਮੱਝ ਵਾਲ ਲੈ ਉਹਦੇ ਨਾਲ ਮੱਝ ਵਾਲ ਲੈ ਉਹਦੇ ਨਾਲ ਇਹ ਹੁਣ ਛਿੱਟੀਆਂ ਕੰਨੀਆਂ ਕੱਢਦੀ ਇਹਦੀ ਇਹ ਜਵਾਨ ਫੁੱਲ ਜਵਾਨ ਨਹੀਂ ਹੋਈ ਨਾ ਨਾ ਫੁੱਲ ਜਵਾਨ ਨਹੀਂ ਹੋਈ ਪਹਿਲੇ ਮੱਝ ਅੱਛਾ ਪਹਿਲੇ ਇਹ ਬਣੀ ਹੀ ਕੋਨੀ ਨਾ ਇਹ ਵੀ ਕੋਨੀ ਜੇ ਬਣੀ ਇਹ ਵੀ ਕੋਨੀ ਬਣੀ ਇਹ ਵੀ ਕੋਨੀ ਬਣੀ ਕਿੰਨੀਆਂ ਕੁ ਧਾਰਾਂ ਦਿੰਦੀ ਜੇ ਵੀ ਇਹਦੇ ਕੋਲ 8 ਕਿਲੋ ਜੇ 8 ਕਿਲੋ 8 ਕਿਲੋ ਹੁਣ ਇਸ ਟਾਈਮ ਮੌਜੂਦਾ 4 ਕਿਲੋ ਅੱਛਾ ਇਹ ਵੀ ਬਣੀ ਕੋਨੀ ਕਿ ਬਣ ਕੇ ਫਿਰੀ ਹੈ ਨਹੀਂ ਨਹੀਂ ਬਣੀ ਕੋਨੀ ਇਹ ਵੀ ਕੋਨੀ ਬਣੀ ਅੱਛਾ ਬਾਜ ਬੋਲੀ ਹੈ ਜੀ ਸਾਰੀ ਆਮ ਸਿੱਕਰ ਕੇ ਬੋਲੀ ਹੈ ਪਿਛਲੇ ਪੈਰ ਧੋਤੇ ਸੋ ਤੁਸੀਂ ਵੇਖ ਲੈਣੀ ਹੋ ਜੀ ਇਹ ਕੱਟਾ ਸੂਈ ਦੇ ਮਗਰ ਤੇ ਕੱਟੇ ਨੂੰ ਮਨਸ਼ਾ ਕੇ ਕੱਟਿਆਂ ਨੂੰ ਜਾ ਜਾਵਾਂ ਨੂੰ ਦੁੱਧ ਥੋੜਾ ਹੀ ਛੱਡ ਦਿਓ ਜਾਂ ਦੁੱਧ ਥੋੜਾ ਹੀ ਛੱਡਿਆ ਜਾਵਾਂ ਉਹ ਤਾਂ ਦੱਸਦਾ ਨਾ ਪਿਆ ਤੇ ਇਹਦਾ ਆਪਣਾ 8 ਕਿਲੋ ਪਹਿਲਣ ਦਾ ਇਹਦੀ ਕੀ ਆਪਣਾ ਤੁਹਾਡੀ ਡਿਮਾਂਡ ਹੈ ਇਹਦਾ 1.75 ਨਾ ਇਹਦਾ 1.60 ਕਰ ਲਓ ਉਹਦਾ 1.75 ਇਹਦਾ 1.60 ਇਹਦਾ 1.60 ਜਾਂ 1.60 ਫਾਈਨਲ 1.60 ਫਾਈਨਲ ਅੱਛਾ ਬਣੀ ਕੋਨੀ ਹੈ ਨਾ ਨਾ 5 ਮਹੀਨਿਆਂ ਦੀ ਸੂਈ ਹੈ ਕੱਟਾ ਮਗਰ ਤੋਂ ਮਿਲਦੀ ਕੱਟੇ ਦੇ ਕਿ ਪਹਾੜੇ ਤੇ ਪਹਾੜੇ ਤੇ ਵੀ ਮਿਲ ਪੈਂਦੀ ਤੇ ਕੱਟੇ ਤੇ ਵੀ ਮਿਲ ਪੈਂਦੀ ਤੇ ਉਹ ਜਿਹੜੀ ਹੈ ਉਹ ਜਿਹੜੀ ਹੈ ਉਹ ਵੀ ਪਹਾੜੇ ਤੇ ਮਿਲ ਪੈਂਦੀ ਕੱਟੇ ਨੂੰ ਨਹੀਂ ਨੇੜੇ ਆਉਂਦੇ ਕੱਟੇ ਨੂੰ ਆਉਣੀ ਨਹੀਂ ਦੇਦੀ ਟੀਕਾ ਜੀ ਕੱਲ ਆਂਦੇ ਹੋ ਜਾਂ ਉਹਨੇ ਨਾ ਥਾਪੜੇ ਤੇ ਥਾਪੜੇ ਤੇ ਵੰਡਾ ਸੱਟ ਕੇ ਵੰਡਾ ਸੱਟ ਕੇ ਥਾਪੜੇ ਮੰਨ ਜਾਂਦੀ ਹੈ ਜੇ ਮੰਨ ਜਾਂਦੀ ਚਲੋ ਜੀ ਇਹ ਦੋਵੇਂ ਗੱਲਾਂ ਪੁੱਛ ਲਈਆਂ ਨੇ ਮੇਨ ਜੀ ਦੇਖੋ ਜੀ ਮੇਨ ਜੀ ਮੈਂਬਰ ਹੈ ਜੀ ਅਸੀਂ ਪੁੱਛਣ ਵਾਲੀ ਵਾਏ ਜਿਹੜਾ ਨਾ ਪਹਾੜੇ ਛਾੜੇ ਦਾ ਉਹ ਪੁੱਛ ਲਿਆ ਧਾਰਾਂ ਜਿਹੜੀਆਂ ਨੇ ਉਹ ਬੰਦੇ ਜਿਹੜੇ ਵਿਆਹ ਵਾਲੇ ਆਪਣੀਆਂ ਪੂਰੀਆਂ ਕਰਾ ਲੈਣ ਦੇ ਉਹ ਫਾਈਨਲ ਹੋ ਜਾਏ ਤਾਂ ਉਹ ਕੋਈ ਨਹੀਂ ਐਸੀ ਗੱਲ ਲਓ ਜੀ ਜਨਾਬ 3 ਮੱਝਾਂ ਨੇ ਅਤੇ ਮੈਂਬਰ ਦੀਆਂ ਨੰਬਰ ਤੁਸੀਂ ਸੁਣ ਲਿਆ ਇਨਸ਼ਾਅੱਲਾ ਅਤੇ ਮੈਂਬਰ ਨਾਲ ਰਾਬਤਾ ਕਰ ਲੈਣਾ ਜਿਹੜੀ ਮਾਇਤਰੀਆਂ ਵਿੱਚ ਪਸੰਦ ਹੋਈ ਰਾਬਤਾ ਕਰ ਲੈਣਾ ਮੈਂਬਰਾਂ ਫੋਨ ਆਨ ਰੱਖਣਾ ਫੋਨ ਆਨ ਇਨਸ਼ਾਅੱਲਾ ਇੱਕ ਵਾਰੀ ਨੰਬਰ ਫਿਰ ਬੋਲ 0342-6867-816 ਲਓ ਜਨਾਬ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫਿਰ ਨੈਕਸਟ ਟਾਈਮ ਅੱਲਾਹ ਕਰੇ ਖੈਰ ਅਤੇ ਮਿਲਾਂ ਦੇ ਰੱਬ ਰੱਖਾ ਆਪਣਾ ਜ਼ਰੂਰ ਖਿਆਲ ਰੱਖਣਾ ਹੈ ਮੈਂ ਭਰਾਵਾਂ ਦਾ ਦੁਆ ਗੋਆ ਇਨਸ਼ਾਅੱਲਾ ਇਸੇ ਵੀਡੀਓ ਦੇ ਨਾਲ ਇਜਾਜ਼ਤ ਦਿਓ ਅਗਲੀ ਵੀਡੀਓ ਦੇ ਨਾਲ ਮੁਲਾਕਾਤ ਫਿਰ ਹੋਵੇਗੀ ਪਾਕਿਸਤਾਨ ਜ਼ਿੰਦਾਬਾਦ